ਹਾਂਜੀ ਬਾਈ, ਕੀ ਹਾਲ ਚਾਲ ਜੇ? ਠੀਕ ਠਾਕ ਜੇ ਸਾਰੇ? ਅਤੇ ਲਓ ਜੀ, ਆ ਗਏ ਆਪਾਂ ਇੱਕ ਹੋਰ ਨਿਊ ਵਲੌਗ ਲੈ ਕੇ। ਅਤੇ ਅੱਜ ਦੇ ਵਲੌਗ 'ਚ ਆਪਾਂ ਕੱਢਾਂਗੇ ਥੋੜ੍ਹਾ ਜਿਹਾ ਵਹਿਮ, ਦੂਰ ਕਰਾਂਗੇ ਜਿਨ੍ਹਾਂ ਕੋਲ ਦੁਬਈ ਦਾ ਲਾਇਸੈਂਸ ਹੁੰਦਾ ਵਾ ਜਾਂ ਗਲਫ ਦਾ ਲਾਇਸੈਂਸ ਹੁੰਦਾ ਵਾ। ਜ਼ਿਆਦਾਤਰ ਦੁਬਈ ਦਾ ਜਿਨ੍ਹਾਂ ਕੋਲ ਲਾਇਸੈਂਸ ਹੁੰਦਾ ਵਾ ਉਹਨਾਂ ਨੂੰ ਬਹੁਤ ਵੱਡਾ ਇੱਕ ਵਹਿਮ ਹੁੰਦਾ ਵਾ, ਮੈਨੂੰ ਵੀ ਸੀਗਾ, ਮੇਰਾ ਇੱਥੇ ਆ ਕੇ ਨਿਕਲ ਗਿਆ। ਅਤੇ ਆਪਾਂ ਜਿਹੜੇ ਆਪਣੇ ਦੁਬਈ ਤੋਂ ਵੇਖਦੇ ਕੋਈ ਵੀਰ ਭਰਾ ਜਾਂ ਆਉਣਾ ਵਾ ਕਨੇਡਾ, ਉਹਨਾਂ ਬਾਰੇ ਥੋੜ੍ਹਾ ਜਿਹਾ ਆਪਾਂ ਉਹਨਾਂ ਦਾ ਵਹਿਮ ਦੂਰ ਕਰਾਂਗੇ। ਅਤੇ ਹੋਰ ਵੀ ਜਿਹੜੇ ਇੰਡੀਆ ਤੋਂ ਜਾਂ ਹੋਰ ਵੀ ਕਿਤੋਂ ਵੀ ਦੁਬਈ ਦੇ ਲਾਇਸੈਂਸ ਬਾਰੇ ਕਨੇਡਾ ਆ ਕੇ ਜੋ ਸੋਚਦੇ ਆ, ਉਹ ਵਹਿਮ ਆਪਾਂ ਦੂਰ ਕਰਾਂਗੇ ਅੱਜ। ਉਹਦੇ ਬਾਰੇ ਕੋਈ ਗੱਲਾਂ ਕਰਾਂਗੇ, ਦੁਬਈ ਦਾ ਲਾਇਸੈਂਸ ਕਨੇਡਾ ਕਨਵਰਟ ਕਿੱਦਾਂ ਹੁੰਦਾ, ਕੀ ਹਿਸਾਬ ਕਿਤਾਬ ਆ, ਕਿੰਨਾ ਕੁ ਇੱਥੇ ਚੱਲਦਾ ਜਾਂ ਨਹੀਂ ਚੱਲਦਾ ਦੁਬਈ ਦਾ ਲਾਇਸੈਂਸ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲਾਂ ਤਾਂ ਆਹ ਦੇਖੋ ਆਪਣਾ ਟਰੱਕ, ਅਤੇ ਆ ਇੱਧਰ ਆਪਣੀ ਕੰਪਨੀ, ਅਤੇ ਆਪਾਂ ਰੈਡੀ ਟੂ ਗੋ ਆ ਲੋਡ ਲੈ ਕੇ ਜਾਣ ਵਾਸਤੇ। ਹੁਣੇ ਮੈਂ ਟ੍ਰੇਲਰ ਅੰਦਰੋਂ ਹੁੱਕ ਕਰਕੇ ਅਤੇ ਬਾਹਰ ਖੜ੍ਹਾ, ਅਤੇ ਹੁਣ ਮੈਂ ਕਿਹਾ ਵਲੌਗ ਕਰੀਏ ਸਟਾਰਟ, ਅਤੇ ਨਾਲੇ ਫਿਰ ਨਾਲੇ ਕੁਝ ਗੱਲਾਂ ਬਾਤਾਂ ਦੱਸਦੇ ਹਾਂ ਅੱਜ ਤੁਹਾਨੂੰ। ਅੱਜ ਮੇਨ ਜਿਹੜਾ ਉਹ ਸਾਰਾ ਫੋਕਸ ਆਪਣਾ ਲਾਇਸੈਂਸ 'ਤੇ ਰਹਿਣਾ ਵਾ, ਜ਼ਿਆਦਾ ਆਪਾਂ ਲੰਮਾ ਵਲੌਗ ਨਹੀਂ ਬਣਾਉਣਾ, ਮਤਲਬ ਬਸ ਇੱਕ ਲਾਇਸੈਂਸ ਦੀ ਇਨਫੋਰਮੇਸ਼ਨ ਥੋੜ੍ਹੀ ਵੀਡੀਓ ਹੀ ਬਣਾਵਾਂਗੇ ਕਿ ਲਾਇਸੈਂਸ ਆਪਣਾ ਕਿੱਦਾਂ ਬਣਦਾ ਅਤੇ ਕੀ ਹਿਸਾਬ ਕਿਤਾਬ ਹੁੰਦਾ ਇੱਥੇ ਆ ਗਏ। ਸੋ ਚਲੋ ਆ ਜਾਓ ਫਿਰ, ਪਹਿਲਾਂ ਚੱਲਦੇ ਹਾਂ ਟਰੱਕ ਦੇ ਅੰਦਰ, ਅਤੇ ਨਾਲ ਕਰਾਂਗੇ ਗੱਲਾਂ ਬਾਤਾਂ, ਅਤੇ ਨਾਲੇ ਆਪਣਾ ਜਿਹੜਾ ਟ੍ਰਿਪ ਆ ਨਾ ਇਹਨੂੰ ਕਰਾਂਗੇ ਕੰਟੀਨਿਊ। ਸੋ ਚਲੋ ਜੀ ਚੱਲਦੇ ਹਾਂ। ਇਹ ਹੈਗੇ ਆਪਾਂ ਹੈਲੀਫੈਕਸ ਤੋਂ ਜਾਣਾ ਆਪਾਂ ਅਮਰੀਕਾ ਨੂੰ, ਅਤੇ ਰਾਹ ਦੇ ਵਿੱਚ ਸਟੋਪ ਹੁੰਦੇ ਇੱਕ ਟ੍ਰੇਲਰ ਕੋਈ ਡਰੋਪ ਕਰਨਾ, ਕੋਈ ਹੁੱਕ ਕਰਨਾ, ਫਿਰ ਅਮਰੀਕਾ ਪਹੁੰਚਣਾ, ਥੋੜ੍ਹਾ ਲੰਮਾ ਸਫ਼ਰ। ਸੋ ਨਾਲ ਚੱਲਦੇ ਹਾਂ, ਆ ਜਾਓ ਫਿਰ। ਹਾਂਜੀ ਬਾਈ, ਇਹ ਪਹੁੰਚ ਗਏ ਜੀ ਆਪਾਂ, ਯਾਰਡ ਆ ਗਿਆ, ਇਹ 250 ਕਿਲੋਮੀਟਰ ਦੇ ਅੱਗੇ ਆ ਕੇ ਯਾਰਡ ਸੀਗਾ। ਇੱਥੇ ਆਪਾਂ ਜਿਹੜਾ ਆਹ ਟ੍ਰੇਲਰ ਆਪਣਾ ਵਾ ਜਿਹੜਾ ਆਪਣੇ ਕੋਲ ਆ ਇਸ ਟਾਈਮ, ਇਹਨੂੰ ਕਰ ਦੇਣਾ ਡਰੋਪ। ਇੱਧਰ ਨਹੀਂ ਆ ਪਾਰਕਿੰਗ ਲੱਭਣੀ ਪਊਗੀ, ਸਾਰੀ ਪਾਰਕਿੰਗ ਆ, ਜਿੱਥੇ ਮਰਜ਼ੀ ਆਪਾਂ ਕਰ ਸਕਦੇ ਹਾਂ ਇਹਨੂੰ ਡਰੋਪ। ਅਤੇ ਆ ਗਈ ਇੱਧਰ ਪਾਰਕਿੰਗ, ਇੱਕ ਪਾਰਕਿੰਗਾਂ ਤਾਂ ਵਾਧੂ ਨੇ, ਕੋਈ ਚੱਕਰ ਨਹੀਂ। ਸੋ ਇਹ ਹੈਗਾ 250 ਕਿਲੋਮੀਟਰ ਦੇ ਇੱਕ ਯਾਰਡ, ਕੰਪਨੀ ਦਾ ਯਾਰਡ ਆ। ਅਤੇ ਇੱਥੇ ਆਪਾਂ ਆਹ ਟ੍ਰੇਲਰ ਡਰੋਪ ਕਰਕੇ, ਅਤੇ ਜਿਹੜਾ ਅੱਗੇ ਵਾਲਾ ਇਕੱਲਾ ਬੋਬਟੇਲ ਕਹਿ ਦਿੰਦੇ ਇਹਨੂੰ, ਯੂਨਿਟ ਕਹਿ ਸਕਦੇ, ਬੋਬਟੇਲ ਜੋ ਮਰਜ਼ੀ ਕਹਿ ਸਕਦੇ ਹਾਂ, ਇਹਨੂੰ ਲੈ ਕੇ ਜਾਣਾ ਆਪਾਂ ਇੱਥੋਂ ਹੋਰ ਅੱਗੇ ਕੋਈ 200-250 ਕਿਲੋਮੀਟਰ, ਨਹੀਂ 200 ਕਿਲੋਮੀਟਰ ਹੋਣਾ ਵਾ। ਅਤੇ ਉੱਥੋਂ ਜਾ ਕੇ ਖਾਲੀ ਟ੍ਰੇਲਰ ਪਾਉਣਾ ਵਾ, ਅਤੇ ਫਿਰ ਉਹਨੂੰ ਆਪਾਂ ਕਰਨਾ ਲੋਡ। ਸੋ ਇੱਦਾਂ ਦੀਆਂ ਕੋਈ ਸਕੀਮਾਂ, ਹਿਸਾਬ ਕਿਤਾਬ, ਗੇੜਾ ਆਪਣਾ ਇੱਦਾਂ ਦਾ ਹੈਗਾ ਏ, ਅਤੇ ਕੋਈ ਚੱਕਰ ਨਹੀਂ, ਲਾਵਾਂਗੇ ਹੌਲੀ ਹੌਲੀ ਗੇੜਾ। ਹੁਣ ਮੈਂ ਪਹਿਲਾਂ ਟ੍ਰੇਲਰ ਜਿਹੜਾ ਇਹਨੂੰ ਕਰਾਂ ਡਰੋਪ ਇੱਥੇ, ਅਤੇ ਫਿਰ ਅਗਲੀ ਗੱਲਬਾਤ ਕਾਰਵਾਈ ਕਰਦੇ ਹਾਂ। ਅਤੇ ਹਾਂਜੀ ਬਾਈ, ਆਪਾਂ ਪਹੁੰਚ ਗਏ ਜੀ ਆਹ ਕੰਪਨੀ 'ਚੋਂ ਕਰਨਾ ਲੋਡ। ਅਤੇ ਪਹਿਲਾਂ ਤਾਂ ਇਹਨਾਂ ਨਾਂ ਵਾਲਾ ਕੰਮ ਹੀ ਕੀਤਾ ਸੀਗਾ, ਨਾ ਹੀ ਕਰਤੀ, ਕਿਉਂਕਿ ਅੱਜ ਹੈਗਾ ਐਤਵਾਰ ਅਤੇ 4 ਵਜੇ ਬੰਦ ਹੋ ਜਾਂਦੇ, ਟਾਈਮ 5 ਵੱਜ ਗਏ। ਪਰ ਫਿਰ ਕਹਿੰਦੇ ਕਾਲ ਕਰਦੇ ਹਾਂ ਜੇ ਤਾਂ ਲੋਡ ਕਰਨੀ ਹੋਈ ਜਾਂ ਕਿੱਦਾਂ ਵੀ, ਅਤੇ ਕਹਿੰਦੇ ਆ ਗਏ ਆ, ਕਹਿੰਦੇ ਕਰ ਦਿੰਦੇ ਹਾਂ ਲੋਡ। ਅਤੇ ਮੈਂ ਕਿਹਾ ਚਲੋ ਵਧੀਆ ਗੱਲ ਹੈ ਤੁਹਾਡੀ, ਤੁਸੀਂ ਲੋਡ ਕਰ ਦਿਓ ਤੇ ਅਤੇ ਚਲੋ ਜਿੰਨਾ ਚਿਰ ਇਹ ਕਰਦੇ ਆ ਲੋਡ, ਉਨਾ ਚਿਰ ਆਪਾਂ ਕਰਦੇ ਹਾਂ ਗੱਲਬਾਤ, ਜਿਹੜੀ ਤਾਂ ਮੇਨ ਗੱਲਬਾਤ ਆ ਇਹਦੇ। ਆਪਾਂ ਜਿਹੜਾ ਜ਼ਿਆਦਾ ਵਲੌਗ ਜਿਹਾ ਨਹੀਂ ਬਣਾਉਣਾ, ਆਪਾਂ ਬਸ ਮੇਨ ਜਿਹੜੀ ਗੱਲਬਾਤ ਕਰਕੇ ਅਤੇ ਆਪਾਂ ਬੰਦ ਕਰ ਦੇਣੀ ਆ ਵੀਡੀਓ, ਕਿਉਂਕਿ ਇਹ ਆਪਾਂ ਛੋਟੀ ਜਿਹੀ ਮਤਲਬ ਬਣਾਵਾਂਗੇ, ਕਿਉਂਕਿ ਵਲੌਗ 'ਤੇ ਚੱਲਦੇ ਰਹਿਣੇ, ਕੋਈ ਚੱਕਰ ਨਹੀਂ। ਅਤੇ ਮੈਂ ਕਿਹਾ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਨਾ ਇਹ ਦੇ ਦਈਏ ਆਪਾਂ ਸਾਰਿਆਂ ਨੂੰ, ਕਿਉਂਕਿ ਲਾਇਸੈਂਸ ਦਾ ਬੜੇ ਬਾਈਆਂ ਨੇ ਮੈਨੂੰ ਪੁੱਛਿਆ ਵੀ ਕਿ ਲਾਇਸੈਂਸ ਕਿੱਦਾਂ ਬਣਦਾ, ਕੀ ਹਿਸਾਬ ਕਿਤਾਬ ਹੁੰਦਾ ਲਾਇਸੈਂਸ ਦਾ। ਕਾਫੀ ਕੁਐਸਚਨ ਆਏ ਕਿ ਤੁਹਾਡਾ ਲਾਇਸੈਂਸ ਬਣ ਗਿਆ,
ਦੁਬਈ ਵਾਲਾ ਲਾਇਸੈਂਸ, ਫਿਰ ਸਿੱਧਾ ਟਰੱਕ ਚੱਲ ਜਾਂਦਾ ਜਾ ਕੇ ਏਸੇ ਲਾਇਸੈਂਸ 'ਤੇ ਜਾਂ ਕੀ ਕੁਝ ਹੁੰਦਾ ਲਾਇਸੈਂਸ ਬਾਰੇ। ਅਤੇ ਇੱਕ ਗੱਲ ਹੋਰ ਵੀ ਆ ਕਿ ਮੈਂ ਜਦੋਂ ਸਰਚ ਵੀ ਕੀਤਾ ਨਾ ਯੂਟਿਊਬ 'ਤੇ, ਤਾਂ ਮੈਨੂੰ ਕੋਈ ਵੀਡੀਓ ਇੱਦਾਂ ਦੀ ਲੱਭੀ ਨਹੀਂ ਕਿ ਜਿਹਦੇ 'ਤੇ ਲਿਖਿਆ ਹੋਵੇ ਕਿ ਦੁਬਈ ਵਾਲਾ ਲਾਇਸੈਂਸ ਕਿੱਦਾਂ ਕਨਵਰਟ ਹੁੰਦਾ ਇੱਥੇ ਆ ਕੇ। ਇੱਕ ਦੋ ਵੀਡੀਓ ਹੈਗੀਆਂ ਸੀ ਪਰ ਉਹ ਕੋਈ ਮਤਲਬ ਸਹੀ ਜਾਣਕਾਰੀ ਹੀ ਲੱਗੀ ਨਹੀਂ ਮੈਨੂੰ, ਅਤੇ ਕੋਈ ਪੰਜਾਬੀ ਵਾਲਾ ਵੀ ਕੋਈ ਨਹੀਂ ਹੈਗੀ ਅਤੇ ਹਿੰਦੀ ਵਾਲੀ ਵੀ ਕੋਈ ਨਹੀਂ ਹੈਗੀ, ਮੈਂ ਨਹੀਂ ਵੇਖੀ ਕੋਈ ਵੀ, ਬਾਕੀ ਸ਼ਾਇਦ ਹੋਵੇ ਤਾਂ ਮੈਨੂੰ ਦੱਸ ਵੀ ਸਕਦੇ ਕੋਈ, ਅਤੇ ਕਈ ਵੀ ਮੈਂ ਵੀਡੀਓ ਨਹੀਂ ਵੇਖੀ ਤਾਂ ਕਰਕੇ ਮੈਂ ਕਿਹਾ ਚਲੋ ਬਣਾ ਦਾਂ। ਅਤੇ ਗੱਲ ਇਹ ਹੈਗੀ ਕਿ ਜਿਹੜਾ ਦੁਬਈ ਦਾ ਲਾਇਸੈਂਸ ਆ ਕਨੇਡਾ ਆ ਗਏ, ਉਹ ਆਪਾਂ ਨੂੰ ਉਹਦੀ ਵੈਲਿਊ ਬਸ ਓਨੀ ਕੀ ਹੈਗੀ, ਉਹਦਾ ਐਕਸਪੀਰੀਅੰਸ ਆ ਨਾ ਜਿਹੜਾ ਉੱਥੋਂ ਵਾਲਾ, ਕਿ ਉਹ ਇੰਨਾ ਪੁਰਾਣਾ ਚਾਹੀਦਾ ਆਪਾਂ ਨੂੰ, ਸਾਲ ਪੁਰਾਣਾ ਜਾਂ 2 ਸਾਲ ਪੁਰਾਣਾ ਜਿਹੜਾ ਲਾਇਸੈਂਸ ਆ ਨਾ, ਉਹਦੀ ਵੈਲਿਊ ਆ ਬਸ ਓਨੀ ਕੁ ਵੈਲਿਊ ਆ ਕਿ ਉਹ ਆਪਣੇ ਕੋਲ ਪੁਰਾਣਾ ਲਾਇਸੈਂਸ ਆ ਬਸ, ਹੋਰ ਉਹਦੀ ਕੋਈ ਵੈਲਿਊ ਨਹੀਂ ਆ। ਇਹ ਤਾਂ ਮੈਂ ਵੈਲਿਊ ਇੱਦਾਂ ਕਹਿ ਰਿਹਾ, ਕੋਈ ਵੈਲਿਊ ਨਹੀਂ ਆ। ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਆ, ਸੇਮ ਤੁਹਾਡੇ ਕੋਲ ਦੁਬਈ ਦਾ ਲਾਇਸੈਂਸ ਆ, ਅਤੇ ਤੁਸੀਂ ਕਨੇਡਾ ਆਏ ਆ, ਇੱਕ ਬੰਦਾ ਇੰਡੀਆ ਦਾ ਲਾਇਸੈਂਸ ਆ, ਇੱਕ ਬੰਦੇ ਕੋਲ ਕਨੇਡਾ ਦਾ ਲਾਇਸੈਂਸ, ਉਹ ਦੁਬਈ ਦਾ ਲਾਇਸੈਂਸ ਆ, ਅਤੇ ਉਹ ਦੋਵੇਂ ਬੰਦੇ ਕਨੇਡਾ ਆਉਂਦੇ ਆ, ਉਹਨਾਂ ਨੂੰ ਸੇਮ ਪ੍ਰੋਸੀਜਰ 'ਚੋਂ ਗੁਜ਼ਰਨਾ ਪੈਣਾ, ਉਹਨਾਂ ਵਾਸਤੇ ਕੁਝ ਵੱਖਰਾ ਨਹੀਂ ਹੈਗਾ ਕਿ ਜਾਂ ਹੋਵੇ ਕਿ ਜਿਹੜਾ ਦੁਬਈ ਵਾਲਾ ਲਾਇਸੈਂਸ ਆ ਉਹਨੂੰ ਕੋਈ ਵਧੀਆ ਮਤਲਬ ਵੱਖਰੀ ਪ੍ਰੈਫਰੈਂਸ ਮਿਲਦੀ ਹੈ ਜਾਂ ਵੱਖਰਾ ਕੁਝ ਜ਼ਿਆਦਾ ਵਧੀਆ ਮਿਲਦਾ ਉਹ ਲਾਇਸੈਂਸ ਨਾਲ, ਕੋਈ ਇੱਦਾਂ ਦਾ ਕੁਝ ਨਹੀਂ ਹੈਗਾ। ਮੈਂ ਦੋ ਤਿੰਨਾਂ ਪ੍ਰੋਵਿੰਸਾਂ ਦੀ ਜਿੱਦਾਂ ਗੱਲ ਕਰਦਾ, ਮੈਂ ਤਾਂ ਆਇਆ ਨੋਵਾ ਸਕੋਸ਼ੀਆ, ਹੋਰ ਹੈਗੀ ਇੱਕ ਅੰਟਾਰੀਓ ਜਿਹੜਾ ਬ੍ਰੈਂਪਟਨ ਏਰੀਆ, ਟਰਾਂਟੋ ਉਹ ਹੈਗੀ ਇੱਕ, ਇੱਕ ਹੈਗੀ ਆ ਸਰੀ ਵਾਲਾ ਏਰੀਆ ਜਿੱਧਰ ਸਰੀ, ਅਤੇ ਜਾਂ ਇੱਕ ਸਸਕੈਚੁਅਨ ਜਿਹੜੀ ਤਾਂ ਮੈਨੂੰ ਪਤਾ 3-4, ਪਰ ਮੈਨੂੰ ਜਿੱਥੋਂ ਤੱਕ ਮੈਂ ਕੀਤਾ ਕਿ ਸਾਰਾ ਸੇਮ ਹੀ ਹੈ, ਮਤਲਬ ਸੇਮ ਨਹੀਂ ਹੈ ਪ੍ਰੋਸੈਸ ਵੱਖੋ ਵੱਖਰਾ, ਹਰ ਇੱਕ ਪ੍ਰੋਵਿੰਸ ਦਾ ਵੱਖੋ ਵੱਖਰਾ ਪ੍ਰੋਵਿੰਸ ਵੱਖੋ ਵੱਖਰਾ ਹਿਸਾਬ ਕਿਤਾਬ ਆ, ਪਰ ਇਹ ਕਿਸੇ ਪ੍ਰੋਵਿੰਸ 'ਚ ਨਹੀਂ ਹੈਗਾ ਕਿ ਜੇ ਆਪਣੇ ਕੋਲ ਦੁਬਈ ਜਾਂ ਗਲਫ ਦਾ ਲਾਇਸੈਂਸ ਆ ਅਤੇ ਉਹ ਲਾਇਸੈਂਸ 'ਤੇ ਆਪਾਂ ਨੂੰ ਕੋਈ ਜ਼ਿਆਦਾ ਬੈਨੀਫਿਟ ਮਿਲਦਾ ਵਾ। ਸੇਮ ਇੰਡੀਆ ਦਾ ਲਾਇਸੈਂਸ ਹੈਗਾ ਵਾ, ਉੱਤੇ ਵੀ ਉਹ ਬੈਨੀਫਿਟ ਮਿਲਣਾ ਵਾ, ਸੇਮ ਤੁਹਾਡੇ ਕੋਲ ਦੁਬਈ ਦਾ ਲਾਇਸੈਂਸ ਆ, ਉੱਤੇ ਵੀ ਉਹ ਬੈਨੀਫਿਟ ਮਿਲਣਾ ਵਾ, ਅਤੇ ਇਹਦੇ ਵਿੱਚ ਕੋਈ ਵੱਖਰਾ ਨਹੀਂ ਹੈਗਾ। ਕਿਉਂਕਿ ਆਪਾਂ ਨੂੰ, ਮੈਂ ਵੀ ਦੁਬਈ ਸੀ ਜਦੋਂ ਮੈਨੂੰ ਲੱਗਦਾ ਸੀ ਕਿ ਲੈ ਦੁਬਈ ਵਾਲਾ ਤਾਂ ਇੰਟਰਨੈਸ਼ਨਲ ਲਾਇਸੈਂਸ ਆ, ਇਹ ਤਾਂ ਸਾਰੇ ਕਿਤੇ ਚੱਲਦਾ, ਇਹ ਤਾਂ ਆਪਾਂ ਨੂੰ ਇੱਦਾਂ ਲਾਇਸੈਂਸ ਮਿਲ ਜਾਣਾ ਉੱਥੇ ਜਾ ਕੇ, ਪਰ ਇੱਦਾਂ ਦਾ ਕੁਝ ਨਹੀਂ ਹੁੰਦਾ, ਸੇਮ ਸਾਰਾ ਪ੍ਰੋਸੀਜਰ ਹੁੰਦਾ ਵਾ। ਜੇ ਤੁਸੀਂ ਟਰਾਂਟੋ ਵਾਲੇ ਏਰੀਏ 'ਚ ਆਉਂਦੇ ਆ, ਬ੍ਰੈਂਪਟਨ ਵਾਲੇ ਏਰੀਏ 'ਚ, ਇਹਨੂੰ ਅੰਟਾਰੀਓ ਕਹਿ ਦਿੰਦੇ ਆ, ਉੱਥੇ ਤੁਹਾਨੂੰ ਪਹਿਲਾਂ ਕਾਰ ਦਾ ਲਾਇਸੈਂਸ ਬਣਾਉਣਾ ਪੈਣਾ ਵਾ, ਕਾਰ ਦੀ ਇੱਕ ਟਰਾਈ ਮਿਲ ਜਾਂਦੀ ਸਿੱਧੀ, ਪਰ ਉਹ ਵੀ ਸੇਮ ਆ, ਇੰਡੀਆ ਵਾਲੇ ਲਾਇਸੈਂਸ ਨੂੰ ਵੀ ਉਹੀ ਮਿਲਦੀ ਆ ਸੇਮ, ਅਤੇ ਉਹੀ ਦੁਬਈ ਵਾਲੇ ਲਾਇਸੈਂਸ ਨੂੰ ਮਿਲਦੀ ਆ, ਉਹ ਕਾਰ ਦਾ ਵੀ ਬਣਾਉਣਾ ਪੈਣਾ ਵਾ, ਫਿਰ ਉਹ ਤੋਂ ਬਾਅਦ ਟਰੱਕ ਦੀਆਂ ਸਾਰੀਆਂ ਕਲਾਸਾਂ ਲਾਉਣੀਆਂ ਪੈਣੀਆਂ ਵਾ, ਸਾਰਾ ਕੁਝ ਕਰਨਾ ਪੈਣਾ ਵਾ, ਅਤੇ ਫਿਰ ਬਣਨਾ ਵਾ। ਜੇ ਤੁਸੀਂ ਸਰੀ ਵੱਲ ਜਾਂਦੇ ਆ, ਉੱਧਰ ਵੀ ਸੇਮ ਪ੍ਰੋਸੀਜਰ ਆ, ਉੱਧਰ ਤੁਹਾਨੂੰ ਕਾਰ ਦਾ ਮਿਲ ਜਾਂਦਾ ਇੱਦਾਂ ਹੀ, ਉਹ ਵੀ ਇੱਕ ਟੈਸਟ ਦੇਣਾ ਪੈਂਦਾ ਵਾ, ਉਹ ਮਤਲਬ ਸਿਗਨਲ ਟੈਸਟ ਜਾਂ ਇੱਦਾਂ ਟੈਸਟ ਕਹਿ ਦਿੰਦੇ, ਉਹ ਟੈਸਟ ਦੇ ਕੇ ਫਿਰ ਤੁਹਾਨੂੰ ਕਾਰ ਦਾ ਮਿਲ ਜਾਂਦਾ, ਅਤੇ ਫਿਰ ਟਰੱਕ ਦਾ ਬਣਾਉਣ ਵਾਸਤੇ ਸੇਮ ਉਹੀ ਪ੍ਰੋਸੀਜਰ ਆ। ਜੇ ਇੰਡੀਆ ਤੋਂ ਸਿੱਧਾ ਤੁਸੀਂ ਸਰੀ ਆਉਂਦੇ ਆ, ਇੰਡੀਆ ਦਾ ਲਾਇਸੈਂਸ ਆ ਤੁਹਾਡੇ ਕੋਲ, ਅਤੇ ਸੇਮ ਪ੍ਰੋਸੀਜਰ 'ਚੋਂ ਗੁਜ਼ਰਨਾ ਪੈਂਦਾ ਉਹਦੇ ਵੀ, ਕਿ ਪੂਰਾ ਇੱਕ ਮੈਲਟ ਪ੍ਰੋਗਰਾਮ ਇੱਥੇ ਕਹਿ ਦਿੰਦੇ ਆ, ਮੈਂਡੈਟਰੀ ਇੱਦਾਂ ਜੇ ਕੋਈ ਉਹਦੀ ਫੁੱਲ ਫੋਰਮ ਆ ਕਿ ਕਲਾਸਾਂ ਲਾਉਣੀਆਂ ਪੈਂਦੀਆਂ, ਉਹ ਜਿਹੜਾ ਵਾ ਉਹ ਜਿੱਥੇ ਮੈਂ ਲਾਇਸੈਂਸ ਬਣਾਇਆ ਇੱਧਰ ਨੋਵਾ ਸਕੋਸ਼ੀਆ 'ਚ ਉਹ ਚੀਜ਼ ਨਹੀਂ ਹੈਗੀ, ਅਤੇ ਇੱਧਰ ਇਹ ਆ ਕਿ ਸਿੱਧਾ ਆ ਕੇ ਟਰੱਕ ਦਾ ਮਤਲਬ ਫੀਸ ਤਾਰ ਕੇ ਨਾ, ਥੋੜ੍ਹੀ ਜਿਹੀ ਫੀਸ ਆ ਇੱਥੇ, ਤਾਂ ਮਤਲਬ ਘੱਟ ਪੈਸੇ ਲੱਗਦੇ ਆ। ਜੇ ਸਰੀ ਦੀ ਗੱਲ ਕਰੋ, ਉੱਧਰ ਲੱਗਦਾ $10,000, ਅਤੇ ਅੰਟਾਰੀਓ ਜਿਹੜਾ ਬ੍ਰੈਂਪਟਨ ਵਾਲੀ ਸਾਈਡ ਆ ਉੱਧਰ ਲੱਗਦਾ ਵਾ ਕੋਈ $6,000, ਅਤੇ ਜਿੱਥੇ ਮੈਂ ਆਇਆ ਵਾਂ ਇੱਥੇ ਲੱਗਦਾ ਵਾ, ਜੇ ਤਾਂ ਤੁਸੀਂ ਆਉਂਦੇ ਆ ਮਤਲਬ ਇੱਥੇ 3,000 ਤੱਕ ਲੱਗ ਕੇ ਬਣ ਜਾਂਦਾ, ਪਰ ਮੇਰੇ ਨਹੀਂ ਲੱਗੇ ਕਿਉਂਕਿ ਮੈਂ ਆਇਆ ਸੀ ਕੰਪਨੀ ਦੇ ਥਰੂ, ਅਤੇ ਜਿਹੜੀ ਟ੍ਰੇਨਿੰਗ ਸੀ ਉਹ ਕੰਪਨੀ ਨੇ ਦੇ ਤੀ, ਅਤੇ ਮੇਰਾ ਤਾਂ $350 ਲੱਗਾ, ਅਤੇ ਲਾਇਸੈਂਸ ਬਣ ਗਿਆ। ਮਤਲਬ ਟਾਈਮ ਵੀ ਥੋੜ੍ਹਾ ਲੱਗਦਾ ਇੱਥੇ, ਕਿਉਂਕਿ ਇੱਥੇ ਮੈਲਟ ਪ੍ਰੋਗਰਾਮ ਨਹੀਂ ਹੈਗਾ, ਅਤੇ ਉਹਦਾ ਕਰਕੇ ਫਿਰ ਇਹ ਲਾਇਸੈਂਸ 'ਤੇ ਆਪਾਂ ਨੂੰ ਮਤਲਬ ਕਲਾਸਾਂ ਲਾਉਣੀਆਂ ਜ਼ਰੂਰੀ ਨਹੀਂ ਹੁੰਦੀਆਂ ਕਿ ਆਪਾਂ ਨੂੰ ਟ੍ਰੇਨਿੰਗ ਲੈਣੀ ਹੀ ਪੈਣੀ ਆ। ਆਪਾਂ ਜਿੱਦਾਂ ਵੀ ਆਉਂਦੇ ਹਾਂ, ਆਪਣਾ ਲਾਇਸੈਂਸ ਜਿਹੜਾ ਪਹਿਲਾਂ ਰਿਟਨ ਟੈਸਟ ਹੁੰਦਾ ਇੱਥੇ ਆ ਕੇ, 3 ਟੈਸਟ ਹੁੰਦੇ ਆ, ਨੌਲੇਜ ਟੈਸਟ, ਬ੍ਰੇਕ, ਏਅਰ ਬ੍ਰੇਕਾਂ ਅਤੇ ਸਿਗਨਲ ਟੈਸਟ।
ਉਹਨਾਂ ਦੇ 20-20 ਕੁਐਸਚਨ ਆਉਂਦੇ ਉਹ ਉਹਨਾਂ 'ਚੋਂ ਆਨਸਰ ਕਰਨੇ ਹੁੰਦੇ ਆ ਅਤੇ ਉਹ ਕਰਕੇ ਉਹ ਤੋਂ ਬਾਅਦ ਆਪਾਂ ਟਰਾਈ ਦੇ ਸਕਦੇ ਹਾਂ ਟਰੱਕ ਦੀ ਜਿਹੜਾ ਨੋਵਾ ਸਕੋਸ਼ੀਆ ਦੀ ਗੱਲ ਕਰਨੇ ਹਾਂ ਮੈਂ। ਅਤੇ ਜਿਹੜਾ ਹੈਗਾ ਵਾ ਅੰਟਾਰੀਓ ਟਰਾਂਟੋ ਵਾਲਾ ਏਰੀਆ ਜਾਂ ਫਿਰ ਸਰੀ ਬੀ ਸੀ ਬ੍ਰਿਟਿਸ਼ ਕੋਲੰਬੀਆ ਉਹ ਕਹਿੰਦੇ ਉਹ ਏਰੀਆ ਜਾਂ ਬਾਕੀ ਸਾਰੀਆਂ ਪ੍ਰੋਵਿੰਸਾਂ 'ਚ ਮੈਲਟ ਪ੍ਰੋਗਰਾਮ ਹੈਗਾ, ਇਕੱਲਾ ਨੋਵਾ ਸਕੋਸ਼ੀਆ 'ਚ ਨਹੀਂ ਹੈਗਾ ਬਾਕੀ ਸਾਰਿਆਂ 'ਚ ਹੈਗਾ। ਉਹਦੇ 'ਚ ਇੱਦਾਂ ਕਿ ਤੁਸੀਂ ਜਦੋਂ ਕਾਰ ਦਾ ਤੁਹਾਡਾ ਬਣ ਜਾਂਦਾ ਜਾਂ ਤੁਸੀਂ ਟਰੱਕ ਦਾ ਬਣਾਉਣਾ ਵਾ ਨਾ ਅਤੇ ਉਦੋਂ ਤੁਹਾਨੂੰ ਮੇਰੇ ਹਿਸਾਬ ਨਾਲ ਕਿੰਨੇ ਘੰਟੇ ਆ ਉਹ ਮਤਲਬ ਨੋਰਮਲ ਦੱਸ ਦਿੰਦਾ ਕਿ ਇੱਕ ਮਹੀਨਾ ਜਾਂ ਇੱਕ ਮਹੀਨਾ ਦੇ 10 ਦਿਨ ਤੁਹਾਨੂੰ ਕਲਾਸਾਂ ਲਾਉਣੀਆਂ ਪੈਂਦੀਆਂ ਵਾ, ਉਹ ਕਲਾਸਾਂ ਲਾਏ ਤੋਂ ਬਿਨਾਂ ਤੁਸੀਂ ਲਾਇਸੈਂਸ ਮਤਲਬ ਟਰਾਈ ਨਹੀਂ ਦੇ ਸਕਦੇ। ਅਤੇ ਉੱਧਰ ਤਾਂ ਕਰਕੇ ਪੈਸੇ ਵੀ ਜ਼ਿਆਦਾ ਲੱਗਦੇ ਆ ਅਤੇ ਇਸ ਕਰਕੇ ਇੱਧਰ ਪੈਸੇ ਵੀ ਘੱਟ ਲੱਗਦੇ ਆ। ਅਤੇ ਪਰ ਇਹ ਲਾਇਸੈਂਸ ਆ ਨਾ ਜਿਹੜਾ ਨੋਵਾ ਸਕੋਸ਼ੀਆ ਜਿਹੜਾ ਮੇਰੇ ਕੋਲ ਲਾਇਸੈਂਸ ਆ ਇਹ ਕਿਤੇ ਵੀ ਚੇਂਜ ਨਹੀਂ ਹੋਣਾ। ਮੈਂ ਅੰਟਾਰੀਓ ਜਾਊਂਗਾ ਉੱਥੇ ਦੁਬਾਰਾ ਤੋਂ ਮੈਨੂੰ ਲਾਇਸੈਂਸ ਮਤਲਬ ਮੈਲਟ ਪ੍ਰੋਗਰਾਮ ਕਰਕੇ ਸਾਰਾ ਕੁਝ ਕਰਕੇ ਟਰਾਈ ਦੁਬਾਰਾ ਦੇ ਕੇ ਦੁਬਾਰਾ ਲਾਇਸੈਂਸ ਬਣਾਉਣਾ ਪੈਣਾ। ਸਰੀ ਜਾਊਂਗਾ ਉੱਥੇ ਵੀ ਨਹੀਂ ਬਣਨਾ, ਉਹ ਉੱਥੇ ਵੀ ਨਹੀਂ ਇਹ ਚੱਲਣਾ ਲਾਇਸੈਂਸ ਜਿਹੜਾ ਅੰਟਾਰੀਓ ਵਾਲਾ ਵਾ ਨੋਵਾ ਸਕੋਸ਼ੀਆ ਵਾਲਾ ਵਾ। ਅੰਟਾਰੀਓ ਵਾਲਾ ਵੀ ਨਹੀਂ, ਸਰੀ ਵਾਲੇ ਤਾਂ ਮੰਨਦੇ ਉਹ ਵੀ ਬੜਾ ਔਖਾ ਹੀ ਆ ਜੇ ਕਿਤੇ ਚੇਂਜ ਉਹ ਨਹੀਂ ਕਰ ਦੇਣ। ਪਰ ਮੇਨ ਗੱਲ ਮੇਰੀ ਇਹ ਕਿ ਜਿੱਦਾਂ ਆਪਾਂ ਦੁਬਈ ਤੋਂ ਆਉਂਦੇ ਹਾਂ ਅਤੇ ਆਪਾਂ ਨੂੰ ਸਾਰਾ ਪ੍ਰੋਸੀਜਰ ਕਰਨਾ ਪੈਂਦਾ ਜੀ। ਦੁਬਈ ਤੋਂ ਬਸ ਤੁਹਾਡੇ ਕੋਲ ਲਾਇਸੈਂਸ ਆ ਅਤੇ ਇੱਕ ਐਬਸੈਕਟ ਹੁੰਦਾ ਜਿਹੜਾ ਉਹ ਲੈ ਆਓ, ਅਤੇ ਸੇਮ ਇੰਡੀਆ ਤੋਂ ਲਾਇਸੈਂਸ ਲੈ ਆਓ ਅਤੇ ਐਬਸੈਕਟ ਜਾਂ ਕਹਿੰਦੇ ਨਾ ਪਤਾ ਨਹੀਂ ਮੈਨੂੰ ਗਲਤ ਵੀ ਲੈਂਦਾ ਵਾ ਸ਼ਾਇਦ ਮੈਂ, ਅਤੇ ਉਹ ਦੋ ਚੀਜ਼ਾਂ ਲੈ ਆਓ। ਸੇਮ ਇੰਡੀਆ ਵਾਲਾ ਇੱਕ ਬੰਦਾ ਆਵੇਗਾ, ਸੇਮ ਦੁਬਈ ਵਾਲਾ ਆਵੇਗਾ, ਇੱਥੇ ਆ ਕੇ ਉਹਨੂੰ ਸੇਮ ਪ੍ਰੋਸੀਜਰ 'ਚੋਂ ਨਿਕਲਣਾ ਪੈਣਾ। ਅਤੇ ਮਤਲਬ ਕਿ ਕੋਈ ਇਹ ਨਹੀਂ ਹੈਗਾ ਕਿ ਦੁਬਈ ਵਾਲੇ ਲਾਇਸੈਂਸ ਨੂੰ ਕੋਈ ਵੱਧ ਫਾਇਦਾ ਵਾ, ਕੋਈ ਵੱਧ ਫਾਇਦਾ ਨਹੀਂ ਹੈਗਾ। ਅਤੇ ਸੋ ਜਦੋਂ ਦੁਬਈ ਹੋਈ ਦਾ ਉੱਦਾਂ ਇੱਦਾਂ ਲੱਗਦਾ ਸੀ ਕਿ ਕੋਈ ਵੱਧ ਫਾਇਦਾ ਹੁੰਦਾ ਵਾ, ਤਾਂ ਕਰਕੇ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਦੱਸ ਦੇਣਾ ਚਾਹੀਦਾ ਵਾ ਕਿ ਕੋਈ ਫਾਇਦਾ ਨਹੀਂ ਹੁੰਦਾ। ਮਤਲਬ ਸਾਰਾ ਜਿਹੜਾ ਲਾਇਸੈਂਸ ਆ ਨਾ ਉਹ ਬਣਾਉਣਾ ਹੀ ਪੈਂਦਾ ਸ਼ੁਰੂ ਤੋਂ ਪਹਿਲਾਂ ਕਾਰ ਦਾ। ਤੁਹਾਡਾ ਕਾਰ ਦਾ ਵੱਧ ਤੋਂ ਵੱਧ ਇਹ ਹੈ ਕਿ ਤੁਹਾਡਾ ਟੈਸਟ ਹੋ ਗਏ ਅਤੇ ਟਰਾਈ ਦੇਣੀ ਪਊਗੀ ਅਤੇ ਤੁਹਾਡਾ ਲਾਇਸੈਂਸ ਬਣ ਜੂਗਾ। ਪਹਿਲਾਂ ਕਾਰ ਦਾ ਬਣਾਉਣਾ ਹੀ ਪੈਂਦਾ, ਹਰ ਇੱਕ ਜਗ੍ਹਾ 'ਤੇ ਬਣਾਉਣਾ ਪੈਂਦਾ। ਅਤੇ ਉਹ ਵੱਖੋ ਵੱਖਰਾ ਪ੍ਰੋਸੀਜਰ ਆ, ਕਿਸੇ 'ਚ ਟਰਾਈ ਦੇਣੀ ਪੈਂਦੀ ਕਿਸੇ ਪ੍ਰੋਵਿੰਸ 'ਚ, ਕਿਸੇ ਪ੍ਰੋਵਿੰਸ 'ਚ ਇਕੱਲਾ ਉਹ ਆਪਣਾ ਜਿਹੜਾ ਰਿਟਰਨ ਟੈਸਟ ਹੁੰਦਾ ਸਿਗਨਲ ਟੈਸਟ ਕਹਿ ਦਿੰਦੇ ਆ ਉਹ ਦੇ ਕੇ ਅਤੇ ਆਪਣਾ ਲਾਇਸੈਂਸ ਮਿਲ ਜਾਂਦਾ ਆਪਾਂ ਨੂੰ ਕਾਰ ਦਾ। ਅਤੇ ਉਹ ਤੋਂ ਬਾਅਦ ਟਰੱਕ ਦਾ ਬਣਾਉਣ ਵਾਸਤੇ ਤੁਹਾਨੂੰ ਉਹੀ ਮੈਂ ਦੱਸਤਾ ਪੈਸੇ ਵੀ ਕਿੰਨੇ ਕਿੰਨੇ ਲੱਗਦੇ ਆ, ਅਤੇ ਉਹਦੇ ਲਈ 2 ਮਹੀਨੇ ਲਾਉਣੇ ਪੈਂਦੇ ਆ। ਅਤੇ ਪਰ ਇਹ ਹੈਗਾ ਕਿ ਆਪਾਂ ਦੁਬਈ ਵਾਲੇ ਲਾਇਸੈਂਸ 'ਤੇ ਇੱਥੇ ਇੱਦਾਂ ਚਲਾ ਨਹੀਂ ਸਕਦੇ ਟਰੱਕ, ਦੁਬਈ ਵਾਲਾ ਲਾਇਸੈਂਸ ਦਾ ਨਹੀਂ ਕੋਈ ਹੈਗਾ। ਇੱਥੇ ਟੈਸਟ ਦੇਵਾਂਗੇ, ਲਾਇਸੈਂਸ ਲਵਾਂਗੇ ਅਤੇ ਫਿਰ ਹੀ ਚਲਾ ਸਕਦੇ, ਉਹਦੇ ਤੋਂ ਬਿਨਾਂ ਆਪਾਂ ਨਹੀਂ ਚਲਾ ਸਕਦੇ। ਸੋ ਇੰਨੀ ਕੁ ਜਾਣਕਾਰੀ ਸੀ, ਅਤੇ ਜੇ ਜਾਣਕਾਰੀ ਸਹੀ ਹੋਊਗੀ, ਬਾਕੀ ਇੰਨੀ ਮੈਨੂੰ ਪਤਾ ਨਹੀਂ ਸਹੀ ਮੈਂ ਵੀ ਕਰੈਕਟ ਦਿੱਤੀ ਜਾਣਕਾਰੀ, ਪਰ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਮੈਂ ਸਾਰੀ ਸਰਚ ਕੀਤੀ ਜੋ ਵੀ ਕੀਤਾ ਕਿ ਇੰਨੀ ਕੁ ਜਾਣਕਾਰੀ ਸੀ। ਅਤੇ ਬਾਕੀ ਇਹ ਆ ਕਿ ਹਾਂ ਦੁਬਈ ਦੇ ਲਾਇਸੈਂਸ ਦੀ ਇਹ ਜ਼ਰੂਰ ਵੈਲਿਊ ਹੈਗੀ ਹੈਗੀ, ਉੱਥੋਂ ਜਦੋਂ ਆਪਾਂ ਆਉਂਦੇ ਹਾਂ ਅਤੇ ਮਤਲਬ ਉੱਥੋਂ ਵੀਜ਼ਾ ਈਜ਼ੀ ਮਿਲ ਜਾਂਦਾ ਥੋੜ੍ਹਾ ਜਿਹਾ, ਇਸ ਟਾਈਮ 'ਤੇ ਉਹ ਵੀ ਨਹੀਂ ਮਿਲ ਰਿਹਾ ਬਾਈ। ਬੜੇ ਰਿਫਿਊਜ਼ ਨਾਲ ਆ ਰਹੇ ਆ ਕੈਨੇਡਾ ਵਾਲੇ, ਦੁਬਈ 'ਚ ਮੇਰੇ ਯਾਰ ਮਿੱਤਰ ਲਾ ਲਓ ਜਾਂ ਮੈਨੂੰ ਜਾਣ ਪਛਾਣ ਵਾਲੇ ਲਾ ਲਓ, ਕਿੰਨੇ ਬੰਦਿਆਂ ਦੇ ਮੈਂ ਵੇਖਿਆ ਕਿ ਵੀਜ਼ੇ ਰਿਫਿਊਜ਼ ਹੋ ਰਹੇ ਆ ਇਸ ਟਾਈਮ, ਬਹੁਤ ਔਖਾ ਹੋਇਆ ਪਿਆ। ਅਤੇ ਇਸ ਟਾਈਮ ਮੈਂ ਉਹ ਵੀ ਜੇ ਕੋਈ ਵੀਡੀਓ ਵੇਖਣ ਵੀ ਦਿਆ ਲਾਉਣ ਦੀ ਕੋਈ ਸੋਚ ਰਿਹਾ ਵਾ, ਉਹ ਅਜੇ ਵੇਟ ਕਰ ਸਕਦੇ ਆ ਕਿਉਂਕਿ 2025 ਵਿੱਚ ਇੱਥੇ ਵੋਟਾਂ ਆਈਆਂ ਵਾ ਕੈਨੇਡਾ 'ਤੇ, ਮੈਨੂੰ ਲੱਗਦਾ ਉਹਦਾ ਕਰਕੇ ਸ਼ਾਇਦ, ਬਾਕੀ ਕਹਿੰਦੇ ਆ ਪਤਾ ਨਹੀਂ ਬਾਕੀ, ਕਿਉਂਕਿ ਬਿਨਾਂ ਵਜ੍ਹਾ ਤੋਂ ਰਿਫਿਊਜ਼ਲਾਂ ਦੇ ਦਿੰਦੇ ਆ, ਕੋਈ ਰੀਜ਼ਨ ਨਹੀਂ, ਬਸ ਤੁਸੀਂ ਮੀਟ ਨਹੀਂ ਕਰਦੇ ਜੋਬ ਦੇ ਨਾਲ, ਤੁਹਾਡੇ ਕੋਲ ਆਹ ਨਹੀਂ ਹੈਗਾ ਉਹ ਨਹੀਂ ਹੈਗਾ, ਮਤਲਬ ਕੋਈ ਵਧੀਆ ਰੀਜ਼ਨ ਨਹੀਂ, ਬਸ ਇੱਦਾਂ ਹੀ ਰਿਫਿਊਜ਼ਲਾਂ ਦੇ ਰਹੇ ਆ। ਅਤੇ ਬਹੁਤ ਜ਼ਿਆਦਾ ਚਾਂਸ ਆ ਇਸ ਟਾਈਮ ਰਿਫਿਊਜ਼ਲਾਂ ਆ ਰਹੀਆਂ ਨਾ, ਉਹ ਵੀ 8-8 ਮਹੀਨੇ 9-9 ਮਹੀਨੇ ਹੋ ਗਏ ਫਾਈਲਾਂ ਲੱਗੀਆਂ ਅਤੇ ਹੁਣ ਰਿਫਿਊਜ਼ਲਾਂ ਦੇ ਰਹੇ ਆ। ਸੋ ਆਪਾਂ ਜਿਹੜੀ ਗੱਲ ਕਰਨਾ ਹੈਗੀ ਲਾਇਸੈਂਸ ਦੀ, ਕਿ ਉੱਥੇ ਫਾਇਦਾ ਹੈਗਾ ਕਿ ਹਾਂ ਜਦੋਂ ਆਪਾਂ ਦੁਬਈ ਤੋਂ ਵੀਜ਼ਾ ਲਾਉਣਾ ਵਾ ਅਤੇ ਉਦੋਂ ਥੋੜ੍ਹਾ ਜਿਹਾ ਫਾਇਦਾ ਹੈਗਾ ਉਹ ਲਾਇਸੈਂਸ ਦਾ ਕੰਪੇਅਰ ਟੂ ਇੰਡੀਆ, ਕਿ ਇੰਡੀਆ ਦਾ ਜਿਹੜਾ ਲਾਇਸੈਂਸ ਆ ਉਹਦੇ 'ਤੇ ਥੋੜ੍ਹਾ ਜਿਹਾ ਆਪਾਂ ਨੂੰ ਬੈਨੀਫਿਟ ਘੱਟ ਮਿਲਣਾ,
ਕਿਉਂਕਿ ਇੰਡੀਆ 'ਚ ਤੁਹਾਨੂੰ ਪਤਾ ਫੇਕ ਫੂਕ ਚੀਜ਼ਾਂ ਬਣ ਜਾਂਦੀਆਂ, ਸੋ ਇਸ ਕਰਕੇ ਇੰਡੀਆ ਦਾ ਉਹ ਲਾਇਸੈਂਸ ਮਤਲਬ ਕਿ ਜਦੋਂ ਇਮੀਗ੍ਰੇਸ਼ਨ ਵਾਲੇ ਨੇ ਚੈੱਕ ਕਰਨੀ ਤੁਹਾਡੀ ਫਾਈਲ ਲਾ ਲਓ, ਜੇ ਇੱਕ ਬੰਦਾ ਇੰਡੀਆ ਤੋਂ ਵੀ ਲਾਉਂਦਾ ਕੋਈ ਉਹਦੇ ਆਪਾਂ ਕੰਪੇਅਰ ਨਾ ਦੁਬਈ ਤੋਂ ਲਾਉਂਦਾ ਜਾਂ ਇੰਡੀਆ ਲਾਇਸੈਂਸ 'ਤੇ ਲਾਉਂਦਾ, ਉਹਦੇ ਨਾਲ ਫਿਰ ਉਹਨੇ ਜ਼ਿਆਦਾ ਚੈੱਕ ਕਰੂਗਾ ਅਤੇ ਹੋ ਸਕਦਾ ਕਹਿ ਦੇ ਕਿ ਹਾਂ ਤੇਰੀ ਡਰਾਈਵਿੰਗ 'ਤੇ ਮੈਨੂੰ ਨਹੀਂ ਯਕੀਨ ਨਹੀਂ ਜਾਂ ਤੇਰੇ ਐਕਸਪੀਰੀਅੰਸ 'ਤੇ ਯਕੀਨ ਨਹੀਂ, ਕਿਉਂਕਿ ਦੁਬਈ 'ਚ ਇਹ ਹੋ ਜਾਂਦਾ ਥੋੜ੍ਹਾ ਜਿਹਾ ਲੀਗਲ ਤੌਰ 'ਤੇ ਹੋ ਜਾਂਦਾ, ਕਿਉਂਕਿ ਆਪਣੇ ਵੀਜ਼ੇ 'ਤੇ ਵੀ ਟਰੱਕ ਡਰਾਈਵਰ ਲਿਖਿਆ ਹੁੰਦਾ ਅਤੇ ਆਪਣੇ ਕੋਲ ਲਾਇਸੈਂਸ ਵੀ ਹੁੰਦਾ, ਉਹ ਸਾਰਾ ਕੁਝ ਨੈੱਟ 'ਤੇ ਬੋਲਦਾ, ਜੈਨੂਨ ਹੁੰਦਾ ਸਾਰਾ ਕੁਝ, ਸੋ ਇਸ ਕਰਕੇ ਉੱਧਰ ਵਾਲੇ ਨੂੰ ਥੋੜ੍ਹਾ ਜਿਹਾ ਉਹ ਫਾਇਦਾ ਹੁੰਦਾ। ਪਰ ਜਦੋਂ ਤੁਸੀਂ ਕੈਨੇਡਾ ਜਾ ਕੇ ਫਿਰ ਕੋਈ ਫਾਇਦਾ ਨਹੀਂ ਉਹਦਾ ਲਾਇਸੈਂਸ ਦਾ, ਉੱਥੇ ਭਾਵੇਂ ਇੰਡੀਆ ਦਾ ਲਾਇਸੈਂਸ ਹੋਵੇ ਅਤੇ ਭਾਵੇਂ ਹੋਵੇ ਦੁਬਈ ਦਾ ਅਤੇ ਭਾਵੇਂ ਕਿਤੋਂ ਦਾ ਵੀ ਹੋਵੇ ਕਿਸੇ ਵੀ ਕੰਟਰੀ ਦਾ ਹੋਵੇ, ਕਿਉਂਕਿ ਮੈਂ ਇੱਕ ਹੋਰ ਵੀ ਕੰਟਰੀ ਵਾਲਾ ਬੰਦਾ ਮੇਰੇ ਨਾਲ ਆਇਆ ਇੱਥੇ ਕੈਨੇਡਾ, ਅਸੀਂ ਇਕੱਠਿਆਂ ਜਿੱਦਾਂ ਲਾਇਸੈਂਸ ਬਣਾਇਆ, ਉਹ ਯੂਰਪ ਦੀ ਕੋਈ ਕੰਟਰੀ ਸ਼ਾਇਦ ਯੂਰਪ ਦੇ ਲਾਗੇ ਬੰਨੇ ਕੋਈ ਕੰਟਰੀ, ਉਹ ਹੀ ਉਹਨੂੰ ਵੀ ਸੇਮ ਸੀ ਕਿਸੇ ਵੀ ਕੰਟਰੀ ਦਾ ਹੋਰ ਤੁਹਾਡੇ ਕੋਲ ਕੈਨੇਡਾ ਤੋਂ ਜਦੋਂ ਤੁਸੀਂ ਮਤਲਬ ਹੋਰ ਕੇ ਕੰਟਰੀ ਹੋਰ ਕੇ ਤੋਂ ਆਉਂਦੇ ਹੋ ਕੈਨੇਡਾ 'ਚ ਅਤੇ ਉਹ ਤੁਹਾਨੂੰ ਸਾਰਾ ਪ੍ਰੋਸੀਜਰ 'ਚੋਂ ਗੁਜ਼ਰਨਾ ਹੀ ਪੈਂਦਾ ਕਿ ਲਾਇਸੈਂਸ ਤੁਹਾਨੂੰ ਸ਼ੁਰੂ ਤੋਂ ਬਣਾਉਣਾ ਪੈਂਦਾ। ਬਸ ਉਹ ਲਾਇਸੈਂਸ ਦਾ ਇਹ ਫਾਇਦਾ ਹੋ ਜਾਂਦਾ ਵਾ ਜਿਹੜਾ ਇੰਡੀਆ ਜਾਂ ਦੁਬਈ ਦਾ ਲਾਇਸੈਂਸ ਆ ਕਿ ਤੁਹਾਨੂੰ ਇੱਥੇ ਆ ਕੇ ਕਾਰ ਦਾ ਜਿਹੜਾ ਉਹ ਬੈਨੀਫਿਟ ਮਿਲ ਜਾਂਦਾ ਕਿ ਸਿੱਧਾ ਕਾਰ ਦਾ ਬਣ ਕੇ ਅਤੇ ਤੁਸੀਂ ਟਰੱਕ ਦਾ ਵੀ ਉਸੇ ਵੇਲੇ ਬਣਾ ਸਕਦੇ ਹਾਂ। ਉੱਦਾਂ ਜੇ ਤੁਹਾਡੇ ਕੋਈ ਲਾਇਸੈਂਸ ਨਹੀਂ ਹੈਗਾ, ਜਿੱਦਾਂ ਕੋਈ ਸਟੂਡੈਂਟ ਆਉਂਦੇ ਆ ਉਹਨਾਂ ਕੋਲ ਜੇ ਕੋਈ ਲਾਇਸੈਂਸ ਨਹੀਂ ਨਾ ਹੈਗਾ ਇੰਡੀਆ ਦਾ, ਤਾਂ ਫਿਰ ਉਹਨਾਂ ਨੂੰ ਪਹਿਲਾਂ ਕਾਰ ਦਾ ਬਣਾ ਕੇ ਫਿਰ ਸਾਲ ਇੱਕ ਵੇਟ ਕਰਨੀ ਪੈਂਦੀ ਟਰੱਕ ਦਾ ਬਣਾਉਣ ਵਾਸਤੇ। ਬਸ ਇਹ ਹੈਗਾ ਥੋੜ੍ਹਾ ਜਿਹਾ ਜਿੱਦਾਂ ਆਪਸ਼ਨ, ਪਰ ਮੇਨ ਇਹੀ ਗੱਲ ਸੀਗੀ ਕਿ ਦੁਬਈ ਦੇ ਲਾਇਸੈਂਸ ਦਾ ਬਾਈ ਸੇਮ ਹੀ ਪ੍ਰੋਸੀਜਰ ਆ, ਕੋਈ ਚੱਕਰ ਨਹੀਂ ਬਾਈ, ਇੰਨਾ ਕੁ ਪ੍ਰੋਸੀਜਰ ਹੁੰਦਾ ਵਾ। ਵੈਸੇ ਬਣ ਸੌਖਾ ਵੀ ਆ ਅਤੇ ਔਖਾ ਵੀ ਆ, ਮਤਲਬ ਇੰਨਾ ਈਜ਼ੀ ਵੀ ਨਹੀਂ ਆ ਲਾਇਸੈਂਸ ਕੈਨੇਡਾ ਦਾ ਜਿੱਦਾਂ ਦੁਬਈ ਦਾ ਵਾ, ਉਹ ਵੀ ਠੀਕ ਔਖਾ ਵਾ ਅਤੇ ਇੱਥੇ ਦਾ ਵੀ ਉੱਦਾਂ ਹੀ ਓਨਾ ਕੁ ਔਖਾ ਵਾ, ਅਤੇ ਮਤਲਬ ਕਿ ਇੰਨਾ ਈਜ਼ੀ ਨਹੀਂ ਕਹਿ ਸਕਦੇ ਕਿ ਆਪਾਂ ਹਾਂ ਦੁਬਈਓਂ ਆਏ ਹਾਂ ਅਤੇ ਆਪਣਾ ਲਾਇਸੈਂਸ ਆਉਂਦੇ ਹਾਂ ਛੇਤੀ ਬਣ ਜੂਗਾ, ਅਤੇ ਮਤਲਬ ਥੋੜ੍ਹਾ ਜਿਹਾ ਹੈ ਅਤੇ ਟੱਫ ਹੀ ਆ, ਪਰ ਬਣ ਜਾਂਦਾ, ਇਹ ਨਹੀਂ ਆਪਾਂ ਕਹਿੰਦੇ ਕਿ ਬਣਦਾ ਨਹੀਂ, ਬੜਾ ਔਖਾ, ਬਹੁਤ ਜ਼ਿਆਦਾ ਔਖਾ ਨਹੀਂ ਪਰ ਔਖਾ ਵਾ, ਪਰ ਜੇ ਬੰਦਾ ਪੂਰਾ ਆਪਣੇ ਧਿਆਨ ਨਾਲ ਡਰਾਈਵਿੰਗ ਕਰਦਾ ਆਪਣੀ ਕਲਾਸਾਂ ਲੈਂਦਾ ਅਤੇ ਲਾਇਸੈਂਸ ਬਣ ਜਾਂਦਾ, ਕੋਈ ਚੱਕਰ ਨਹੀਂ। ਸੋ ਇੰਨੀਆਂ ਕੁ ਗੱਲਾਂ ਪਤਾ ਸੀ, ਜੇ ਤੁਹਾਨੂੰ ਵਧੀਆ ਲੱਗੀਆਂ, ਜੇ ਮੇਰੀ ਕੋਈ ਗਲਤ ਲੱਗੀ ਗੱਲ ਉਹ ਵੀ ਮੈਨੂੰ ਦੱਸ ਦਿਓ, ਸਹੀ ਕਰ ਦਿਓ ਥੱਲੇ ਕਮੈਂਟਾਂ 'ਚ, ਅਤੇ ਬਾਕੀ ਆਹ ਕੁਝ ਨੌਲੇਜ ਸੀ। ਓਕੇ ਬਾਏ, ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਵਧੀਆ ਵਧੀਆ ਵਲੋਗ ਪਾਵਾਂਗੇ। ਓਕੇ ਬਾਏ, ਟਾਟਾ।